ਵੀ ਇਹ ਕਾਹਦੇ ਰਿਲੇਟਡ ਹੈ, ਕਿਉਂ ਪੀ ਵੀ ਐਕਸ ਵਨ ਪਿਆ ਨਾਮ ਇਹਦਾ ਕਿਉਂ, ਹਨਾ। ਵੀ ਅਸੀਂ ਥੋੜ੍ਹਾ ਜਿਹਾ ਇਹਦੇ 'ਚ ਥੀਮ ਲੈ ਕੇ ਚੱਲੇ ਸੀਗੇ ਐਲਬਮ ਦਾ, ਸਾਰੇ ਆਪਣੇ ਭਰਾ ਸਨੀ ਮਾਲਟਨ ਬਰਡ ਹਰਜਨਾਗਰਾ। ਇੱਕ ਵਾਰੀ ਪੀ ਬੀ ਐਕਸ ਵਨ ਜਿਹੜੇ ਟੋਰੋਂਟੋ ਜਾਂ ਬਰੈਂਪਟਨ ਜਾਂ ਕੈਨੇਡਾ ਰਹਿਣ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਕਿਉਂ ਰੱਖਿਆ ਗਿਆ ਨਾਮ। ਅਤੇ ਮੇਰੇ ਜਿੰਨੇ ਵੀ ਇੰਡੀਆ 'ਚ ਬੈਠੇ ਭਰਾ ਜਿੰਨੇ ਵੀ, ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਗੱਲ ਇਕੱਲੀ ਇਕੱਲੀ ਗੀਤਾਂ 'ਚ ਗੜੋਈ ਪਈ ਹੈ, ਦੇਖ ਮੂਸੇਵਾਲਾ ਹੋਈ ਪਈ ਹੈ। ਸਿੱਧੂ ਮੂਸੇਵਾਲਾ ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਕਰ ਦਿੱਤੇ, ਅਤੇ ਥੋੜ੍ਹੇ ਟਾਈਮ ਵਿੱਚ ਹੀ ਆਪਣੀ ਮਿਹਨਤ ਦੇ ਸਦਕੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਵੱਖਰਾ ਨਾਮ ਬਣਾਇਆ। ਅਤੇ ਹੁਣ ਸਿੱਧੂ ਮੂਸੇਵਾਲਾ ਆਪਣੇ ਸਿੰਗਲ ਟਰੈਕ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਐਲਬਮ ਦੇ ਜਾ ਰਿਹਾ, ਜਿਸ ਦਾ ਨੇਮ ਹੈ PBX1। ਅਤੇ ਸਿੱਧੂ ਮੂਸੇਵਾਲਾ ਨੇ ਆਪਣੀ ਐਲਬਮ ਦਾ ਇਹ ਨਾਮ ਕਿਉਂ ਰੱਖਿਆ, ਇਹ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਸਭ ਨੂੰ ਦੱਸਿਆ। ਅਤੇ ਹੁਣ ਆਪਾਂ ਸਿੱਧੂ ਮੂਸੇਵਾਲਾ ਦੀ ਉਹ ਵੀਡੀਓ ਦੁਆਰਾ ਲੈ ਕੇ ਜਾਂਦੇ ਹਾਂ। ਅਤੇ ਵੀਡੀਓ ਦੇਖਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਫੈਨ ਵੀਡੀਓ ਚੱਲਦੀ ਲਾਈਕ ਕਰਨ, ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣ। ਜਿਹੜੀ ਗੱਲ ਕਰਨ ਲੱਗੀ ਸੀ ਆਪਣੀ ਐਲਬਮ ਦੀ, ਹੈ ਨਾ ਬਈ, ਐਲਬਮ ਅੱਜ ਮੈਂ ਪੋਸਟ ਸ਼ੇਅਰ ਕਰਤਾ, ਹੈ ਨਾ ਵੀ ਆਪਾਂ ਊ ਮੈਂ ਬੜਾ ਰੌਲਾ ਨਹੀਂ ਪਾਉਣਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੇ ਸੁਭਾਅ ਦਾ, ਮੈਂ ਕਿੰਨਾ ਕੁ ਗਾਣਿਆਂ ਬਾਰੇ ਕਹਿੰਦਾ ਉਹਨਾਂ ਵੀ ਸ਼ੇਅਰ ਕਰ ਦਿਓ ਜਾਂ ਸਪੋਰਟ ਕਰ ਦਿਓ। ਪਰ ਉਹ ਕਹਿੰਦੇ ਹੁੰਦੇ ਵੀ ਫੋਰਮੈਲਿਟੀ ਲਾ ਲਓ, ਹੈ ਨਾ, ਜਾਂ ਕਿਉਂਕਿ ਸਭ ਕੰਪਨੀ ਨਾਲ ਸਾਰਿਆਂ ਨੂੰ ਇੱਦਾਂ ਹੁੰਦਾ ਵੀ, ਹੈ ਨਾ, ਪ੍ਰੋਪਰ ਤਰੀਕੇ ਨਾਲ ਇਨਫੋਰਮ ਕਰਦੀ ਹੈ ਨਾ, ਕਿਉਂਕਿ ਉਹਨਾਂ ਦਾ ਪ੍ਰੋਸੀਜਰ ਇੱਦਾਂ ਦਾ ਕੰਮ ਕਰਦਾ, ਹੈ ਨਾ ਵੀ ਜਾਂ ਵੀ ਸਿੰਗਰ ਸ਼ੇਅਰ ਕਰਦੇ ਨੇ, ਪੋਸਟਰ ਪਾਉਂਦੇ ਨੇ, ਟੀਜ਼ਰ ਆਉਂਦਾ, ਹੈ ਨਾ। ਅਤੇ ਚਲੋ ਅੱਜ ਆਪਾਂ ਵੀ ਪਹਿਲੀ ਵਾਰੀ ਸੀਕੁਐਂਸ ਕਰਕੇ ਦੇਖ ਲਿਆ। ਪਰ ਮੈਂ ਤੁਹਾਨੂੰ ਇੰਨੀ ਗੱਲ ਹੀ ਕਹਿਣਾ ਵੀ ਮੈਂ ਤੁਹਾਨੂੰ ਇਹ ਨਹੀਂ ਕਰਾਂ ਵੀ ਸ਼ੇਅਰ ਕਰੋ ਜਾਂ ਸਪੋਰਟ ਕਰੋ ਜਾਂ ਕੁਛ ਵੀ ਕਰੋ, ਹੈ ਨਾ, ਬਸ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਾਈ ਆਪਣੀ 18 ਤਰੀਕ ਨੂੰ ਐਲਬਮ ਆਉਣੀ ਆ, ਅਤੇ 18 ਤਰੀਕ ਨੂੰ ਪਹਿਲਾਂ ਗਾਣਾ ਆਉਣਾ ਬਾਈ ਆਪਣੀ ਐਲਬਮ ਦਾ, ਅਤੇ ਸਾਰੀ ਐਲਬਮ ਆਪਾਂ ਨਾਲ ਹੀ ਪਾ ਦੇਣੀ ਆ, ਅਤੇ ਸਾਰੇ ਜਣੇ ਇੱਕ ਵਾਰੀ ਸੁਣ ਜ਼ਰੂਰ ਲਿਓ, ਹੈ ਨਾ। ਅਤੇ ਕਿਉਂਕਿ ਐਲਬਮ ਅਸੀਂ ਇਸ ਹਿਸਾਬ ਕਿਤਾਬ ਨਾਲ ਬਣਾਈ ਹੈ ਵੀ ਉਹ ਸੀਕੁਐਂਸ ਇਸ ਹਿਸਾਬ ਨਾਲ ਵੀ ਜੇ ਤੁਸੀਂ ਪਹਿਲੇ ਗਾਣੇ ਤੋਂ ਸ਼ੁਰੂ ਕਰੋਗੇ ਤਾਂ ਐਂਡ ਤੱਕ ਸੀਕੁਐਂਸ ਚੱਲਦੀ ਐਲਬਮ, ਹੈ ਨਾ, ਅਤੇ ਉਹਦਾ ਪ੍ਰੋਪਰ ਮਤਲਬ ਬਣਦਾ ਵੀ ਪਹਿਲੇ ਗਾਣੇ ਦਾ ਮਤਲਬ ਕੀ ਹੈ, ਦੂਜੇ ਦਾ ਕੀ ਹੈ, ਤੀਜੇ ਦਾ ਕੀ ਹੈ, ਚੌਥੇ ਦਾ ਕੀ ਹੈ, ਉਹ ਸਾਰੀ ਐਲਬਮ ਪਹਿਲੇ ਨੰਬਰ ਤੋਂ ਲੈ ਕੇ 8ਵੇਂ ਨੰਬਰ ਤੱਕ ਜੁੜੀ ਹੋਈ ਹੈ ਇੱਕ ਦੂਜੇ ਨਾਲ, ਹੈ ਨਾ। ਤਾਂ ਮੈਂ ਕੋਸ਼ਿਸ਼ ਇਹ ਕਰਿਓ ਵੀ ਜਦੋਂ ਵੀ ਤੁਸੀਂ ਐਲਬਮ ਸੁਣਨ ਬੈਠੋਗੇ ਤਾਂ ਪਹਿਲੇ ਗਾਣੇ ਤੋਂ ਸਟਾਰਟ ਕਰਿਓ, ਇੰਟਰੋ ਤੋਂ ਸਟਾਰਟ ਕਰਿਓ, ਆਊਟਰੋ 'ਤੇ ਖਤਮ ਕਰਿਓ, ਫਿਰ ਤੁਹਾਨੂੰ ਸਾਰੇ ਐਲਬਮ ਦਾ ਮੀਨ ਵੀ ਸਮਝ ਆਊਗਾ ਨਾ ਵੀ ਇਹ ਕਾਹਦੇ ਰਿਲੇਟਡ ਹੈ, ਕਿਉਂ PBX1 ਪਿਆ ਨਾਮ ਇਹਦਾ ਕਿਉਂ, ਹੈ ਨਾ। ਵੀ ਅਸੀਂ ਥੋੜ੍ਹਾ ਜਿਹਾ ਇਹਦੇ 'ਚ ਥੀਮ ਲੈ ਕੇ ਚੱਲੇ ਸੀਗੇ ਐਲਬਮ ਦਾ, ਸਾਰੇ ਆਪਣੇ ਭਰਾ ਸਨੀ ਮਾਲਟਨ ਬਰਡ ਹਰਜਨਾਗਰਾ। ਅਤੇ ਵੈਸੇ ਕੌਨਸੈਪਟ ਸਾਰਾ ਜਿਹੜਾ ਮਿਊਜ਼ਿਕ ਤਾਂ ਚਲੋ ਅਲੱਗ ਅਲੱਗ ਵਧੀਆ ਵਧੀਆ ਮਿਊਜ਼ਿਕ ਡਾਇਰੈਕਟਰਾਂ ਦਾ ਹੈਗਾ ਆਪਣਾ, ਪਰ ਕੌਨਸੈਪਟ ਸੀਗਾ ਜਿਹੜਾ ਮੈਂ ਸਨੀ ਅਤੇ ਬਰਡ ਨੇ ਕੀਤਾ ਸੀ ਤਿਆਰ ਸਾਰਾ, ਅਤੇ ਬਾਬੇ ਦੀ ਕਿਰਪਾ ਨਾਲ ਅਸੀਂ ਬਹੁਤ ਜ਼ੋਰ ਲਾਇਆ ਵੀ ਐਲਬਮ ਆਮ ਪੰਜਾਬੀ ਐਲਬਮ ਵਰਗੀ ਨਹੀਂ ਕੀਤੀ ਹੈਗੀ, ਕੋਸ਼ਿਸ਼ ਕੀਤੀ ਥੋੜ੍ਹਾ ਹਿਪ ਹੋਪ ਸਟਾਈਲ ਦੇਣ ਦੀ ਐਲਬਮ ਨੂੰ। ਮੇ ਬੀ ਮੈਨੂੰ ਲੱਗਦਾ ਵੀ ਸਾਡੇ ਬੰਨਿਓ ਸਾਨੂੰ ਜਿਵੇਂ ਲੱਗਦਾ ਵੀ ਇਹ ਪੰਜਾਬੀ ਪਹਿਲੀ ਐਲਬਮ ਇੱਦਾਂ ਦੀ ਹੋਊਗੀ, ਅਤੇ ਸਕਿੱਟਸ ਨੇ, ਹੈ ਨਾ, ਇੰਟਰੋਜ਼ ਨੇ, ਸਾਰਾ ਕੁਝ ਤੁਸੀਂ ਆ ਕੇ ਆਪ ਹੀ ਦੇਖੋਗੇ, ਹੈ ਨਾ। ਅਤੇ ਮੈਨੂੰ ਬਹੁਤ ਉਮੀਦਾਂ ਨੇ ਐਲਬਮ ਤੋਂ, ਅਤੇ ਅਸੀਂ ਜ਼ੋਰ ਲਾਇਆ ਨਾ ਜਿੰਨਾ, ਹਰੇਕ ਵਾਰੀ ਆਪਣੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਘੈਂਟ ਤੋਂ ਘੈਂਟ ਕਰੀ, ਹੈ ਨਾ ਸਰ, ਅਤੇ ਵਧੀਆ ਕੀਤਾ ਹੋਇਆ ਗਾ। ਅਤੇ ਸਾਰੇ ਜਾਣੇ ਇੱਕ ਵਾਰੀ ਐਲਬਮ ਜ਼ਰੂਰ ਸੁਣਿਓ, ਅਤੇ ਸੁਣਿਓ ਵੀ ਸੀਕੁਐਂਸ ਵਾਈਜ਼, ਪਹਿਲਾ ਗਾਣਾ, ਦੂਜਾ ਗਾਣਾ, ਤੀਜਾ ਗਾਣਾ, ਇਹ ਨਹੀਂ ਵੀ ਪਹਿਲਾਂ ਸੁਣ ਲਿਆ, ਚੌਥਾ ਸੁਣ ਲਿਆ, ਪੰਜਵਾਂ ਸੁਣ ਲਿਆ, ਇਹ ਨਾ ਕਰਿਓ, ਪ੍ਰੋਪਰ ਇੱਕ ਵਾਰੀ ਸੀਕੁਐਂਸ 'ਚ ਐਲਬਮ ਸੁਣਿਓ, ਫਿਰ ਤੁਹਾਨੂੰ ਸਾਰੀ ਐਲਬਮ ਦੀ ਸਮਝ ਆਊਗੀ, ਹੈ ਨਾ। ਅਤੇ ਬਸ ਇਹੀ ਗੱਲ ਹੈ, ਅਤੇ ਆਪਣਾ ਇੱਕ ਵਾਰੀ ਜ਼ਰੂਰ ਸੁਣਿਓ, ਅਤੇ ਚੰਗਾ ਮਾੜਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਘੈਂਟ ਹੀ ਕਰੂੰਗਾ ਆਲਵੇ, ਕਈ ਵਾਰੀ ਮੈਥੋਂ ਗਲਤੀਆਂ ਵੀ ਰਹਿ ਜਾਂਦੀਆਂ, ਅਤੇ ਕਈ ਵਾਰ ਕਿ ਹਮੇਸ਼ਾ ਕੋਈ ਨਾ ਕੋਈ ਰਹਿ ਜਾਂਦੀ ਹੁੰਦੀ ਹੈ ਕਮੀ, ਅਤੇ ਮਾੜਾ ਮੋਟਾ ਦੱਸਦੇ ਰਿਹਾ ਕਰੋ ਵੀ ਬਾਈ ਆਹ ਤੋਂ ਇੱਥੇ ਗਲਤ ਆ, ਆਹ ਤੋਂ ਇੱਥੇ ਗਲਤ ਆ, ਅਤੇ ਆਪਾਂ ਬਾਬੇ ਦੀ ਕਿਰਪਾ ਨਾਲ ਪੂਰਾ ਕੋਸ਼ਿਸ਼ ਕਰਾਂਗੇ ਵੀ ਸੁਧਾਰਦੇ ਰਹੀਏ, ਹੈ ਨਾ, ਅੱਗੇ ਅੱਗੇ। ਅਤੇ ਇੱਕ ਵਾਰੀ PBX1 ਜਿਹੜੇ ਟੋਰੋਂਟੋ ਜਾਂ ਬਰੈਂਪਟਨ ਜਾਂ ਕੈਨੇਡਾ ਰਹਿਣ ਵਾਲੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਕਿਉਂ ਰੱਖਿਆ ਗਿਆ ਨਾਮ। ਅਤੇ ਮੇਰੇ ਜਿੰਨੇ ਵੀ ਇੰਡੀਆ 'ਚ ਬੈਠੇ ਭਰਾ ਜਿੰਨੇ ਵੀ ਕਿਤੇ ਕਿਸੇ ਹੋਰ ਕੰਟਰੀ ਤੋਂ ਨੇ, ਹੈ ਨਾ, ਉਹ ਜ਼ਰੂਰ ਐਲਬਮ ਸੁਣਿਓ, ਤੁਹਾਨੂੰ ਸਾਰਾ ਨਾਮ ਵਗੈਰਾ ਦਾ ਸਾਰਾ ਕੁਛ, ਉਹ ਇੱਕ ਹਿਊਮਰ ਹੀ ਹੈਗਾ ਨਾ ਵੀ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ, ਹੈ ਨਾ, ਵੀ ਇਹ ਕੀ ਚੀਜ਼ ਹੈ, ਨਾ, ਵੀ ਇਹਦਾ ਨਾਮ ਕਿਉਂ ਰੱਖਿਆ ਗਿਆ ਐਲਬਮ ਦਾ। ਅਤੇ ਬਾਕੀ ਮੇਰੀ ਇਹੀ ਛੋਟੀ ਜਿਹੀ ਬੇਨਤੀ ਹੈ ਜੀ, ਮੈਂ ਬਾਲੀਆਂ ਤਾਂ ਨਹੀਂ ਮੈਂ ਕਹਿੰਦਾ ਵੀ ਜੇ ਮੇਰਾ ਗਾਣਾ ਸ਼ੇਅਰ ਕਰੋ ਜਾਂ ਸਪੋਰਟ ਕਰੋ, ਤੁਸੀਂ ਇੱਕ ਵਾਰੀ ਸੁਣ ਲਿਓ, ਠੀਕ ਠੀਕ ਲੱਗਿਆ ਤਾਂ ਵੀ ਦੱਸ ਦਿਓ, ਨਹੀਂ ਲੱਗਿਆ ਤਾਂ ਵੀ ਓਕੇ, ਹੈ ਨਾ, ਕੋਈ ਚੱਕਰ ਨਹੀਂ ਹੈਗਾ, ਆਪਾਂ ਗਾਣੇ ਹੀ ਕਰ ਦਿੰਦੇ, ਆਪਾਂ ਕੋਈ ਮੱਖੀ ਤਾਂ ਗੁੱਡਣੀ ਨਹੀਂ ਹੈਗੀ, ਹੈ ਨਾ। ਇਹ ਸੀ ਸਿੱਧੂ ਮੂਸੇਵਾਲੇ ਦੀ ਉਹ ਵੀਡੀਓ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ, ਅਤੇ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਸਿੱਧੂ ਮੂਸੇਵਾਲੇ ਦਾ ਕਿਹੜਾ ਗਾਣਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ। ਅਤੇ ਅੱਜ ਲਈ ਇੰਨਾ ਹੀ, ਅਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ। ਅਤੇ ਜਿਹਨਾਂ ਸਰੋਤਾਂ ਨੇ ਸਾਡਾ ਵਿਰਸਾ ਟੀ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਸਾਡੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।